ਪਾਲਕ ਵੀਰ ਵੀ ਜਿਹੜੇ ਉਹਨਾਂ ਦੀ ਉਡੀਕ ਹੁੰਦੀ ਆ ਕਿ ਕਦੋਂ ਤੁਸੀਂ ਕੋਈ ਨਾ ਕੋਈ ਨਾ ਜਿਹੜੀ ਨਵੀਂ ਜਾਣਕਾਰੀ ਆ ਉਹਨਾਂ ਦੇ ਰੂਬਰੂ ਕਰੋ। ਸੋ ਆਪਾਂ ਅੱਜ ਜਿਹੜੀ ਗੱਲ ਕਰਨੀ ਆ ਉਹ ਕਰ ਰਹੇ ਹਾਂਗੇ ਜੋ PGF ਵੱਲੋਂ ਮਿਲਕਿੰਗ ਦੁੱਧ ਚਵਾਈ ਜਿਹੜੀ ਚੈਂਪੀਅਨਸ਼ਿਪ ਆ ਪਹਿਲੀ ਸਟੇਟ ਚੈਂਪੀਅਨਸ਼ਿਪ ਹੈਗੀ ਉਹ ਕਰਵਾਈ ਜਾ ਰਹੀ ਆ। ਸੋ ਉਹਦੇ ਜ਼ੋਨ ਨੇ ਜਿਹੜੇ ਚਾਰ ਜ਼ੋਨ ਸੀਗੇ ਜਿਹੜੇ ਉਹ ਖਤਮ ਹੋ ਚੁੱਕੇ ਨੇ, ਸਮਾਪਤ ਹੋ ਚੁੱਕੇ ਨੇ ਚਾਰੇ ਜ਼ੋਨਾਂ ਦੇ ਵਿੱਚੋਂ। ਹੁਣ ਆਪਾਂ ਜਿਹੜੀ ਫਾਈਨਲ ਚਵਾਈ ਹੈਗੀ ਉਹ 7, 8, 9 ਅਪ੍ਰੈਲ ਨੂੰ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਕਰਵਾ ਰਹੇ ਹਾਂਗੇ, ਜਿਹਦੇ ਕਿ ਵਿੱਚ ਜਿਹੜਾ ਸਥਾਨ ਹੈਗਾ ਹਰੇ ਉਹ ਆਪਾਂ ਫਾਈਨਲ ਕਰਨਾ ਗਾ। ਉਹਦਾ ਸਥਾਨ ਦਾ ਆਪਾਂ ਮਾਨ ਕਮਰਸ਼ੀਅਲ ਗੋਟ ਫਾਰਮ ਪਿੰਡ ਬੁਰਜੇ ਜ਼ਿਲ੍ਹਾ ਮਾਨਸਾ ਵਿਖੇ ਕਰਵਾਈ ਜਾ ਰਹੀ ਹੈ। ਸੋ ਇਸ ਦੇ ਵਿੱਚ ਆਪਾਂ ਬਦਲਾਅ ਵੀ ਕਰ ਸਕਦੇ ਹਾਂ। ਜੇਕਰ ਕੋਈ ਮੇਰਾ ਵੀਰ ਨੌਜਵਾਨ ਫਾਰਮਰ ਆ ਜਿਹੜਾ ਬੱਕਰੀ ਪਾਲਕ ਆ ਕੋਈ ਆਪਣੇ ਫਾਰਮ ਦੇ ਉੱਪਰ ਕਰਵਾਉਣਾ ਚਾਹੁੰਦਾ ਹੈਗਾ ਫਾਈਨਲ ਚੈਂਪੀਅਨਸ਼ਿਪ ਤਾਂ ਉਹ ਸਾਡੇ ਨਾਲ ਰਾਬਤਾ ਕਾਇਮ ਕਰ ਸਕਦਾ ਹੈਗਾ PGF ਨਾਲ। ਸੋ ਦੂਸਰੀ ਗੱਲ ਆ ਜਿਹੜੀ 7 ਤਰੀਕ ਨੂੰ ਜਿਹੜੀ ਮਤਲਬ ਰਿਪੋਰਟਿੰਗ ਟਾਈਮ ਹੈਗਾ ਉਹ 7 ਤਰੀਕ ਨੂੰ 3 ਵਜੇ ਤੱਕ ਤੁਸੀਂ ਬੱਕਰੀਆਂ ਦੀ ਰਿਪੋਰਟ ਕਰਨੀਆਂ ਨੇਗੀਆਂ ਅਤੇ ਉਸ ਤੋਂ ਬਾਅਦ 7 ਤਰੀਕ ਨੂੰ ਸ਼ਾਮ ਨੂੰ ਜਿਹੜੀਆਂ ਬੱਕਰੀਆਂ ਨੇ ਉਹ ਖਾਲੀ ਕੀਤੀਆਂ ਜਾਣਗੀਆਂ। ਸੋ 8 ਤਰੀਕ ਨੂੰ ਸਵੇਰੇ ਮੋਰਨਿੰਗ ਪਹਿਲੀ ਚਵਾਈ ਹੋਊਗੀ, ਦੂਸਰੀ ਚਵਾਈ ਹੋਊਗੀ 8 ਤਰੀਕ ਨੂੰ ਸ਼ਾਮ ਨੂੰ ਔਰ ਤੀਸਰੀ ਚਵਾਈ ਹੋਊਗੀ 9 ਤਰੀਕ ਨੂੰ ਸਵੇਰੇ। ਸੋ 10 ਵਜੇ ਆਪਾਂ ਜਿਹੜੇ ਰਿਜ਼ਲਟ ਨੇਗੇ ਫਾਈਨਲ ਉਹ ਦਿੱਤੇ ਜਾਣਗੇ। ਸੋ ਉਸ ਦੇ ਵਿੱਚ ਜੇਕਰ ਇਨਾਮਾਂ ਦੀ ਗੱਲ ਕਰੀਏ, ਇਨਾਮ ਪਹਿਲਾ ਇਨਾਮ 11,000 ਰੁਪਇਆ ਨਗਦ ਰਾਸ਼ੀ ਦਿੱਤੀ ਜਾਊਗੀ। ਪਹਿਲੇ ਨੰਬਰ 'ਤੇ ਆਉਣ ਵਾਲੀ ਬੱਕਰੀ ਨੂੰ 11,000 ਰੁਪਏ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਔਰ ਇਸ ਦੇ ਵਿੱਚ 5 ਬੱਕਰੀਆਂ ਨੂੰ ਜਿਹੜੇ ਪਹਿਲੀਆਂ 5 ਬੱਕਰੀਆਂ ਜੇਤੂ ਹੋਣਗੀਆਂ ਸਟੇਟ ਦੇ ਵਿੱਚੋਂ ਉਹਨਾਂ 5 ਨੂੰ ਹੀ ਨਗਦ ਰਾਸ਼ੀ ਦਿੱਤੀ ਜਾਊਗੀ। ਸੋ ਇਸ ਤਰ੍ਹਾਂ ਮੇਰੇ ਵੀਰਾਂ ਨੂੰ ਜਿਹੜੇ ਪਹੁੰਚਣਗੇ ਉਹਨਾਂ ਦੇ ਲਈ ਸਾਡੇ ਨਾਲ ਪ੍ਰਬੰਧ ਕੀਤੇ ਗਏ ਨੇ ਔਰ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਹੋਵੇਗਾ ਔਰ ਬੱਕਰੀਆਂ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਹੋਏਗਾ, ਪਾਣੀ ਦਾ ਪ੍ਰਬੰਧ ਹੋਏਗਾ, ਉਹਨਾਂ ਦੀ ਜਿਹੜੀ ਰਹਾਇਸ਼ ਹੈਗੀ ਉਹਦਾ ਸਾਡੇ ਵੱਲੋਂ ਪ੍ਰੋਪਰ ਪ੍ਰਬੰਧ ਕੀਤਾ ਜਾਊਗਾ। ਸੋ ਜਿਹੜੀ ਦੁੱਧ ਚਵਾਈ ਆ ਫਾਈਨਲ ਸਟੇਟ ਆ ਜਿਹੜੀ ਇਹ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਕਰਵਾਈ ਜਾਊਗੀ। ਤਾਂ ਇਸ ਲਈ ਮੈਂ ਸਾਰੇ ਨੌਜਵਾਨ ਵਰਗ ਨੂੰ ਔਰ ਬੱਕਰੀ ਪਾਲਕ ਵੀਰਾਂ ਨੂੰ ਕਾਫੀ ਸਮੇਂ ਤੋਂ ਜਿਹੜੀ ਉਹ ਉਡੀਕ ਕਰ ਰਹੇ ਸੀ ਵੀ ਜਿਹੜੀ ਫਾਈਨਲ ਚੈਂਪੀਅਨਸ਼ਿਪ ਆ ਉਹ ਕਦੋਂ ਹੋਊਗੀ, ਤਾਂ 7 ਤੇ 8, 9 ਤਰੀਕ ਨੂੰ ਜਿਹੜੀ ਫਾਈਨਲ ਚੈਂਪੀਅਨਸ਼ਿਪ ਆ ਉਹ ਕਰਵਾਈ ਜਾ ਰਹੀ ਆ। ਸੋ ਸਾਰੇ ਨੌਜਵਾਨ ਵਰਗ ਨੂੰ ਮੇਰੇ ਵੱਲੋਂ ਅਪੀਲ ਆ ਕਿ ਉਹ ਇਸ ਨੂੰ ਅੱਗੇ ਲਾਈਕ ਔਰ ਸ਼ੇਅਰ ਕਰੋ ਵੀਡੀਓ ਨੂੰ ਤਾਂ ਕਿ ਸਾਰਿਆਂ ਤੱਕ ਇਹ ਜਾਣਕਾਰੀ ਜਿਹੜੀ ਪਹੁੰਚ ਜਾਵੇ।